ਜੰਮੂ ਕਸ਼ਮੀਰ ਵਿੱਚ ਧਾਰਾ 370 ਅਤੇ ਕਾਲੀ ਸੂਚੀ ਦੇ ਮਾਮਲੇ ਨੂੰ ਲੈ ਕੇ ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਹੋਰ ਵੀ ਕਈ ਸਿੱਖ ਜਥੇਬੰਦੀਆਂ 26 ਸਤੰਬਰ ਨੂੰ ਦਿੱਲੀ ਵਿੱਚ ਰੋਸ ਮੁਜ਼ਾਹਰਾ ਕਰਨਗੀਆਂ। 15 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਸਮੇਤ ਹੋਰ ਵੀ ਕਈ ਸਿੱਖ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਇਲਜ਼ਾਮ ਲਾਇਆ ਕਿ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੇ ਨੇ ਅਤੇ ਦੂਸਰੇ ਪਾਸੇ ਮੋਹਾਲੀ ਵਿੱਚ ਕੱਢੀ ਜਾ ਰਹੀ ਰੈਲੀ 'ਤੇ ਵੀ ਰੋਕ ਲਗਾ ਰਹੇ ਨੇ। ਬਿਆਨ ਦੇਈ ਜਾਂਦਾ, ਕਿਸੇ ਨੇ ਚੈਲੇਂਜ ਨਹੀਂ ਕੀਤਾ। ਹੁਣ ਇੱਥੇ ਕਾਂਗਰਸ ਗਵਰਨਮੈਂਟ ਹੈ, ਚੀਫ ਮਿਨਿਸਟਰ ਨੇ, ਕਾਂਗਰਸ ਨੇ ਵੀ 370 ਜਿਹੜੀ ਤੋੜੀ ਹੈ ਕੰਡੈਮ ਕੀਤਾ। ਅੱਜ ਇੱਥੇ ਮੋਹਾਲੀ ਦੇ ਵਿੱਚ ਡੈਮੋਨਸਟ੍ਰੇਸ਼ਨ ਹੋਣੀ ਸੀਗੀ, ਮੋਹਾਲੀ ਹੈਗਾ ਪੰਜਾਬ ਦੇ ਵਿੱਚ, ਫਿਰ ਕਾਂਗਰਸ ਸਰਕਾਰ ਨੇ ਉਹ ਰੈਲੀ ਕਿਉਂ ਰੋਕੀ ਹੈ? ਉਹ ਤਾਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਹੈ। ਕਾਂਗਰਸ ਪਾਰਟੀ ਦੀ ਰੈਜ਼ੋਲਿਊਸ਼ਨ ਹੈ ਕਿ 370-35A ਇਹ ਗਲਤ ਤੋੜੀਆਂ ਨਹੀਂ ਹੈ, ਪਰ ਉਹਦੇ ਹੱਕ ਦੇ ਵਿੱਚ ਜੇ ਰੈਲੀ ਹੋ ਰਹੀ ਹੈ ਮੋਹਾਲੀ ਦੇ ਵਿੱਚ, ਉਹਨੂੰ ਇਲੀਗਲ ਕਰਾਰ ਦਿੱਤਾ, ਬੰਦੇ ਫੜ ਲਏ ਹੈ, ਆਉਣ ਨਹੀਂ ਦਿੱਤੇ। ਸਾਡੀਆਂ ਜਥੇਬੰਦੀਆਂ ਵੱਲੋਂ, ਜਿਹੜੀਆਂ ਪੰਜਾਬ ਬੇਸਡ ਔਰਗਨਾਈਜੇਸ਼ਨ ਨੇ, ਉਹਨਾਂ ਵੱਲੋਂ ਤਾਮਿਲਨਾਡੂ ਤੋਂ ਵਿਸ਼ੇਸ਼ ਸਾਡੇ ਗੈਸਟ ਆਏ ਨੇ, ਉਹ ਵੀ ਸਾਡੇ ਵਿੱਚ ਬੈਠੇ ਨੇ, ਅਤੇ ਦਿੱਲੀ ਬੇਸਡ ਔਰਗਨਾਈਜੇਸ਼ਨਸ ਵੱਲੋਂ ਸਾਂਝੇ ਤੌਰ 'ਤੇ ਪੰਜਾਬ, ਦਿੱਲੀ ਅਤੇ ਤਾਮਿਲਨਾਡੂ ਵੱਲੋਂ ਦਿੱਲੀ ਦੇ ਵਿੱਚ 26 ਸਪਟੈਂਬਰ ਨੂੰ ਇੱਕ ਮਾਰਚ ਅਤੇ ਰੈਲੀ ਕੀਤੀ ਜਾਵੇਗੀ। ਇਹ ਮਾਰਚ ਅਤੇ ਰੈਲੀ ਕਸ਼ਮੀਰ ਦੇ ਨਾਲ ਹੋਏ ਅਨਿਆਂ ਦੇ ਵਿਰੁੱਧ, ਇਨਸਾਫ ਮਾਰਚ ਅਤੇ ਰੈਲੀ ਹੋਵੇਗੀ। 26 ਤਰੀਕ ਇਸ ਕਰਕੇ ਚੁਣੀ ਗਈ ਹੈ ਕਿ 27 ਤਰੀਕ ਨੂੰ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਪਣੀ ਸਪੀਚ ਕਰਨ ਜਾ ਰਹੇ ਨੇ, ਐਡਰੈਸ ਕਰਨ ਜਾ ਰਹੇ ਨੇ ਅਸੈਂਬਲੀ ਨੂੰ। ਉਸੇ ਦਿਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਵੀ ਉੱਥੇ ਬੋਲਣਾ, ਔਰ ਓਬਵੀਅਸ ਹੈ ਕਿ ਇਸ ਵਾਰ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਸੈਸ਼ਨ ਹੈ ਉਹ ਹੰਗਾਮੇਪੂਰ ਹੋਏਗਾ ਔਰ ਮੁੱਖ ਮੁੱਦਾ ਕਸ਼ਮੀਰ ਹੋਏਗਾ। ਅੱਜ ਫਿਰ ਇਹਨਾਂ ਨੇ 314 ਨਾਂ, 312 ਨਾਂ ਕੱਢ ਕੇ 2 ਨਾਂ ਹੋਰ ਰੱਖ ਲਏ ਆ। ਇਹ ਸਾਰੀ ਜਿਹੜੀ ਲਿਸਟ ਹੈ ਇਹ ਫੇਕ ਹੈ, ਐਵੇਂ ਸਿੱਖਾਂ ਨੂੰ ਇੱਕ ਲੋਲੀਪਾਪ ਦੇਣ ਦੇ ਲਈ। ਕਦੇ ਨਾ ਕਦੇ ਜਦੋਂ ਕੋਈ ਹੋਰ ਦੇਖਦੇ ਆ ਵੀ ਸਿੱਖ ਹੁਣ ਇਸ ਟਾਈਮ ਕਸ਼ਮੀਰ ਦੇ ਲੋਕਾਂ ਦੇ ਹੱਕ ਦੇ ਵਿੱਚ ਉਹਨਾਂ ਦੀ ਸੋਲੀਡੈਰਿਟੀ 'ਚ ਖੜ੍ਹੇ ਆ ਔਰ ਬੋਲ ਰਹੇ ਆ, ਅਤੇ ਦੂਜੇ ਪਾਸੋਂ ਇਹਨਾਂ ਨੇ ਕਹਿ ਦਿੱਤਾ ਵੀ ਅਸੀਂ ਬਲੈਕਮੇਲ ਲਿਸਟ ਦੇ ਵਿੱਚੋਂ 312 ਬੰਦੇ ਕੱਢ ਰਹੇ ਹਾਂ। ਇਸ ਪ੍ਰੈਸ ਕਾਨਫਰੰਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਇਹ ਫੈਸਲਾ ਲਿਆ ਕਿ ਪ੍ਰਧਾਨ ਮੰਤਰੀ ਜਦੋਂ 27 ਸਤੰਬਰ ਨੂੰ UN ਅਸੈਂਬਲੀ ਨੂੰ ਸੰਬੋਧਨ ਕਰ ਰਹੇ ਹੋਣਗੇ ਤਾਂ ਦਲ ਖਾਲਸਾ ਅਤੇ ਹੋਰ ਵੀ ਕਈ ਸਿੱਖ ਜਥੇਬੰਦੀਆਂ ਕਸ਼ਮੀਰੀ ਭਾਈਚਾਰੇ ਨਾਲ ਮਿਲ ਕੇ UN ਦੇ ਹੈੱਡਕੁਆਰਟਰ ਮੂਹਰੇ ਪ੍ਰਦਰਸ਼ਨ ਕਰਨਗੀਆਂ। ਬਿਊਰੋ ਰਿਪੋਰਟ ਦਾ ਖਾਲਸ TV।